ਹੋਟਲ ਮੈਰੀਟੇ ਨੇੜੇ ਟੈਂਕਰ ਅਤੇ ਟਰੈਕਟਰ ਦੀ ਭਿਆਨਕ ਟੱਕਰ ਹੋਣ ਕਾਰਨ ਹਾਦਸਾ ਇੰਨਾ ਭਿਆਨਕ ਹੋਇਆ ਕਿ ਟਰੈਕਟਰ ਦੇ ਦੋ ਟੁਕੜੇ ਹੋ ਗਏ। ਘਟਨਾ ਤੋਂ ਬਾਅਦ ਹਾਈਵੇ 'ਤੇ ਜਾਮ ਲੱਗ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਕਰੇਨ ਦੀ ਮਦਦ ਨਾਲ ਟਰੈਕਟਰ ਨੂੰ ਦੋ ਹਿੱਸਿਆਂ ਵਿੱਚ ਵੰਡਿਆ। ਹਾਲਾਂਕਿ ਘਟਨਾ ਦੌਰਾਨ ਖੁਸ਼ਕਿਸਮਤੀ ਦੀ ਗੱਲ ਇਹ ਰਹੀ ਕਿ ਟਰੈਕਟਰ ਚਾਲਕ ਬਾਲ ਬਾਲ ਬਚ ਗਿਆ। ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਟਰੈਕਟਰ ਚਾਲਕ ਨੇ ਦੋਸ਼ ਲਗਾਇਆ ਹੈ ਕਿ ਹਾਦਸਾ ਟੈਂਕਰ ਚਾਲਕ ਵੱਲੋਂ ਉਸਨੂੰ ਟੱਕਰ ਮਾਰਨ ਕਾਰਨ ਵਾਪਰਿਆ। ਟਰੈਕਟਰ ਚਾਲਕ ਦਾ ਕਹਿਣਾ ਹੈ ਕਿ ਉਹ ਮੁੱਖ ਸੜਕ ਤੋਂ ਸਿੱਧਾ ਆ ਰਿਹਾ ਸੀ ਅਤੇ ਇਸ ਦੌਰਾਨ ਪਿੱਛੇ ਤੋਂ ਆ ਰਹੇ ਟੈਂਕਰ ਚਾਲਕ ਨੇ ਉਸਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਉਸਦਾ ਟਰੈਕਟਰ ਪਲਟ ਗਿਆ ਅਤੇ ਟੈਂਕਰ ਨਾਲ ਜਾ ਟਕਰਾਇਆ। ਇਸ ਦੌਰਾਨ ਟਰੈਕਟਰ ਟੈਂਕਰ ਦੇ ਟਾਇਰਾਂ ਵਿੱਚ ਫਸ ਗਿਆ ਅਤੇ ਪਲਟ ਗਿਆ ਅਤੇ ਦੋ ਹਿੱਸਿਆਂ ਵਿੱਚ ਵੰਡ ਗਿਆ। ਘਟਨਾ ਦੌਰਾਨ ਉਹ ਸੜਕ ਦੇ ਦੂਜੇ ਪਾਸੇ ਡਿੱਗ ਗਿਆ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਿੱਛੋਂ ਟੈਂਕਰ ਗੱਡੀ ਆਈ, ਉਹਨੇ ਸਾਈਡ ਮਾਰੀ, ਟਰੈਕਟਰ ਘੁੰਮ ਕੇ ਖੜ੍ਹੀ ਗੱਡੀ ਸੀ ਰੋਡ ਦੇ ਉੱਤੇ ਖਰਾਬ, ਉਹਦੇ ਵਿੱਚ ਵੱਜਾ, ਉਹਦੇ ਵਿੱਚ ਟਾਇਰਾਂ ਦੇ ਕੋਲ ਫਸ ਕੇ ਟਰੈਕਟਰ ਦੇ ਨਾਲ ਹੀ ਪਲਟੀ ਵੱਜ ਗਈ, ਦੋ ਹਿੱਸੇ ਹੋ ਗਏ ਟਰੈਕਟਰ। ਉਸ ਤੋਂ ਬਾਅਦ ਪਲਟ ਗਿਆ, ਮੈਂ ਜਾ ਕੇ ਪਰੇ ਡਿੱਗਿਆ, ਗੱਡੀ ਉੱਠ ਕੇ ਜਦੋਂ ਮੈਂ ਉਠਾਇਆ ਬੰਦਿਆਂ ਨੇ ਅਤੇ ਦੇਖਿਆ ਗੱਡੀ ਨਹੀਂ ਉੱਤੇ ਸੀ, ਗੱਡੀ ਭਜਾ ਕੇ ਲੈ ਗਏ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ ਖਿਲਾਫ ਜੰਗ, ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼।